ਤਰਨ ਤਾਰਨ ਦੇ ਪਿੰਡ ਕੋਟ ਦਸੰਦੀ ਮੱਲੂ 'ਚ ਫਿਲਹਾਲ ਨਾੜ ਨੂੰ ਭਿਆਨਕ ਅੱਗ ਲੱਗੀ ਹੈ। 50 ਏਕੜ ਜਿਹੜਾ ਨਾੜ ਸੀ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਚੱਲਿਆ ਅਤੇ ਫਿਲਹਾਲ ਕਿਸਾਨਾਂ ਨੇ ਬਿਜਲੀ ਵਿਭਾਗ ਨੂੰ ਜ਼ਿੰਮੇਦਾਰ ਕਰਾਰ ਦਿੱਤਾ। ਤਸਵੀਰਾਂ ਤੁਹਾਨੂੰ ਵਿਖਾ ਰਹੇ, ਭਿਆਨਕ ਅੱਗ ਕਿਵੇਂ ਲੱਗੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਅਤੇ ਲੋਕਾਂ ਨੇ ਕੜੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਦਿਨ ਦੇ ਤਕਰੀਬਨ 10 ਵਜੇ ਚੰਗਾੜਾ ਗੇਟ ਦੇ ਟਾਵਰ ਤੋਂ ਡਿੱਗਾ। ਇੱਥੋਂ ਅੱਗ ਸਟਾਰਟ ਹੁੰਦੀ ਹੁੰਦੀ 40-50 ਏਕੜ ਦੇ ਕਰੀਬ ਫਸਲ ਲੂ ਗਈ ਹੈ। ਉਹ ਫਾਇਰ ਬ੍ਰਿਗੇਡ ਵੀ ਛੇਤੀ ਨਹੀਂ ਪਹੁੰਚਾ, ਉਹ ਸਾਡੇ ਲਾਗੇ ਹੈ ਨਹੀਂ ਸੀ, ਉਹ ਵੀ ਬਹੁਤ ਲੇਟ ਪਹੁੰਚਾ। ਉਹ ਵੀ ਇੱਕ ਫਾਇਰ ਬ੍ਰਿਗੇਡ ਹੈਗਾ, ਉਹ ਵੀ ਜੇ ਟਾਈਮ ਸਿਰ ਹੁੰਦਾ ਇਹ ਨੁਕਸਾਨ ਹੋਣ ਬਚ ਸਕਦਾ ਸੀ। ਡਿੱਗਣ ਦੇ ਕਾਰਨ ਇੰਨਾ ਜੋਨ ਲਾਇਆ, ਮੁੜ ਕੇ ਰਿਪੇਅਰ ਰਿਪੇਅਰ ਨਹੀਂ ਕੀਤੀ, ਇਹਦੀ ਵੇਖਿਆ ਨਹੀਂ ਚੰਗਾ। ਡਿੱਗਣ ਦੇ ਕਾਰਨ ਨਾਲ ਕੋਈ 40-50 ਕਿੱਲੇ ਲੂਸੇ ਪਾ, 5 ਕਿੱਲੇ ਸਾਡੇ ਵੀ ਨਾਲ, ਇੱਕ ਟਰੈਕਟਰ ਦਾ ਵੀ ਨਾਲ ਨੁਕਸਾਨ ਹੋਇਆ। ਅਤੇ ਨਾ ਕੀ ਆ, ਅਸੀਂ ਬਹੁਤ ਸਾਰੇ ਗਰੀਬ ਬੰਦੇ ਹਾਂ, ਸਾਡੇ ਕੋਲ ਤੂੜੀ ਲੈ ਕੇ ਮਾਲ ਨੂੰ ਸਾਲ ਭਰ ਪਾਉਣ ਦੀ ਬਾਹਰ ਨਹੀਂ। ਗੇੜ ਵਾਲਾ ਵੱਡਾ ਟਾਵਰ ਆ, ਇੱਥੋਂ ਚੰਗਾੜੀ ਡਿੱਗੀ ਆ, ਜਿਹਦੇ ਡਿੱਗਣ ਨਾਲ ਸਾਡੀ ਥੱਲੇ ਜੋ ਕਣਕ ਅਤੇ ਤਕਰੀਬਨ ਵੱਢੀ ਗਈ ਸੀਗੀ, ਜਿਹੜਾ ਨਾੜ ਸੀ, ਨਾੜ ਨੂੰ ਅੱਗ ਲੱਗ ਗਈ ਆ। ਬਥੇਰੇ ਲਾਗੇ ਬੰਨੇ ਦੇ ਜਿੰਨੀ ਪਬਲਿਕ ਸੀਗੀ, ਉਹਨਾਂ ਨੇ ਬੜਾ ਜੋਸ਼ ਲਾਇਆ, ਇੱਕ ਟਰੈਕਟਰ ਲਿਆ ਕੇ, ਮੁੰਡਾ ਬੱਚਾ ਸੀਗਾ ਉਹ ਵਿਚਾਰੇ ਨੇ ਟਰੈਕਟਰ ਅੱਗ ਦੇ ਵਿੱਚ ਹੀ ਵਾਲ ਗਿਆ, ਉਹ ਜਲਦੀ ਘਬਰਾਏ ਹੋਏ ਕੋ। ਉਹ ਟਰੈਕਟਰ ਵੀ 3-4 ਲੱਖ ਰੁਪਏ ਦਾ ਟਰੈਕਟਰ ਸੀ ਸਾਰਾ, ਵੇਖੋ ਟਰੈਕਟਰ ਵੀ ਸੜ ਕੇ ਸਵਾਹ ਹੋ ਗਿਆ। ਹੁਣ ਤੁਹਾਡੀ ਕੀ ਮੰਗ ਹੈ? ਸਾਡੀ ਮੰਗ ਹੈ ਜੀ, ਜਿਹੜੇ ਗਰੀਬਾਂ ਨੇ ਵਿਚਾਰਿਆਂ ਨੇ ਬੜੀ 6 ਮਹੀਨੇ ਸਾਲ ਤੋਂ ਵੇਂਹਦੇ ਆਉਂਦੇ ਇਹਨਾਂ ਨਾਲ, ਇਹਨਾਂ ਦਾ ਕੁਝ ਸੋਚਿਆ ਜਾਵੇ, ਇਹਨਾਂ ਨੂੰ ਇਹਦਾ ਮੁਆਵਜ਼ਾ ਦਿੱਤਾ ਜਾਵੇ।